डेमोक्रेटिक जंगलात मुलाजम यूनियन वालों श्री मुक्तसर साहब वन मंडल अफसर के दफ्तर बार धरना लगातार जारी है। इन्हां धरनाकारियों का कहना है कि जो पंजाब की सीनियरता सूची बन रही है उस विच दिहाड़ीदार कामियां दा रिकॉर्ड नहीं जोड़िया जा रहा। वन मंडल अफसर दफ्तर श्री मुक्तसर साहब वालों रिकॉर्ड सही ना भेजन कारण वार वार रिकॉर्ड पटियाला दफ्तर तो वापस आ रहा है। उत्थे ही अबोहर दफ्तर ने भी अजे तक रिकॉर्ड नहीं भेजा। ਇਹ ਰਿਕਾਰਡ ਭੇਜਣ ਦੀ ਬਜਾਏ ਉਹਨਾਂ ਤੇ ਧਰਨਾ ਚੁੱਕਣ ਦਾ ਦਬਾਅ ਪਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਸੰਘਰਸ਼ ਹੋਰ ਤਿੱਖਾ ਕਰ ਦਿੱਤਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਾਡੀ ਜਿਹੜੀ ਸੀਨੀਓਰਿਟੀ ਲਿਸਟ ਆਰਜੀ 31-3 31-12-2022 ਤੱਕ ਜਿਹੜੀ ਆਰਜੀ ਸੀਨੀਓਰਿਟੀ ਸੂਚੀ ਜਾਰੀ ਹੋਈ ਆ ਉਹਦੇ ਵਿੱਚ ਸਾਡੇ ਜ਼ਿਆਦਾਤਰ ਦਿਹਾੜੀਦਾਰ ਕਾਮਿਆਂ ਦਾ ਰਿਕਾਰਡ ਅਧੂਰਾ ਭੇਜਿਆ ਗਿਆ ਅਤੇ ਉਹ ਅਸੀਂ ਉਸ ਰਿਕਾਰਡ ਨੂੰ ਦਰੁਸਤ ਕਰਕੇ ਅਤੇ ਦੁਬਾਰਾ ਭੇਜਣ ਦੀ ਰਿਕੁਐਸਟ ਕੀਤੀ ਹੈ ਜੋ ਕਿ ਸਾਡੇ ਨਹੀਂ ਮੰਨ ਰਹੇ। ਵਾਰ ਵਾਰ ਕੋਈ ਨਾ ਕੋਈ ਅਧੂਰੀ ਕਹਿੰਦੇ ਕਾਗਜ਼ੀ ਕਾਰਵਾਈ ਕਰਕੇ ਭੇਜਦੇ ਆ ਜਿੱਥੇ ਕਿਸੇ ਰੈਵਨਿਊ ਰੈਵਨਿਊ ਕਮੇਟੀ ਵਾਪਸੀ ਫਿਰ ਵਣ ਮੰਡਲ ਮੁਕਤਸਰ ਨੂੰ ਵਾਪਸ ਭੇਜ ਦਿੰਦੇ ਵੀ ਆਹ ਤਰੁੱਟੀ ਦੂਰ ਕਰਕੇ ਲਿਆਓ। ਜਦੋਂ ਤੱਕ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਧਰਨਾ ਜਿਉਂ ਦਾ ਤਿਉਂ ਜਾਰੀ ਰਹੂਗਾ। ਇਸ ਤੋਂ ਇਲਾਵਾ ਜਿਹੜੇ ਸਾਡੇ ਵਣ ਰੇਂਜ ਅਬੋਹਰ ਅਤੇ ਵਣ ਰੇਂਜ ਲੰਬੀ ਅਤੇ ਮੁਕਤਸਰ ਦੇ ਕਈ ਦੋ ਦੋ ਦਿਹਾੜੀਦਾਰ ਕਾਮਿਆਂ ਦਾ ਰਿਕਾਰਡ ਇਹਨਾਂ ਨੇ ਰਾਜ ਦੂਰ ਕਰਨਾ ਸ਼ੁਰੂ ਹੀ ਨਹੀਂ ਕੀਤਾ। ਖਾਸ ਕਰਕੇ ਵਣ ਰੇਂਜ ਹੋਰ ਜੋ ਕਿ ਵਿਰੋਧ ਪ੍ਰਦਰਸ਼ਨ ਦਾ ਕਾਰਨ ਬਣ ਰਹੇ ਵਾਰ ਵਾਰ, ਉਸ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੇ ਉਹ ਨਾ ਇਸ ਗੱਲ ਦੇ ਵੱਲ ਕੋਈ ਧਿਆਨ ਦਿੱਤਾ ਵਣ ਰੇਂਜ ਹੋਰ ਅਗਲਾ ਜਿਹੜਾ ਸਾਡਾ ਨਿਸ਼ਾਨਾ ਹੋਊਗਾ ਜੀ। ਇਸ ਵੱਲ ਇਹ ਸਾਡਾ ਜੀ ਰਿਕਾਰਡ ਨਹੀਂ ਜੋੜ ਰਿਹਾ ਜੀ, ਵਾਰ ਵਾਰ ਸਾਨੂੰ ਉਲਝਾ ਰਹੇ ਆ, ਕਹਿੰਦੇ ਇੱਥੋਂ ਅਸੀਂ ਭੇਜਤਾ ਜੀ ਵਾਪਸ ਆ ਜਾਂਦਾ ਜੀ, ਫਿਰ ਕਹਿੰਦੇ ਭੇਜਤਾ ਜੀ ਵਾਪਸ ਆ ਜਾਂਦਾ ਜੀ, ਸਾਨੂੰ ਚੱਕਰਾਂ 'ਚ ਪਾਇਆ ਹੋਇਆ ਜੀ ਇਹਨਾਂ ਨੇ। ਜਦੋਂ ਤੱਕ ਸਾਡਾ ਹੱਲ ਨਹੀਂ ਪੱਕਾ ਹੱਲ ਨਹੀਂ ਹੁੰਦਾ ਜੀ, ਸਾਡਾ ਨਾਂ ਨਹੀਂ ਚੜ੍ਹਦਾ ਜੀ, ਉਦੋਂ ਤੱਕ ਅਸੀਂ ਇਹ ਪੱਕਾ ਮੋਰਚਾ ਲਾਵਾਂਗੇ।